ਇਹਨਾਂ ਨੇ ਮੰਗ ਪੱਤਰ ਜਿਹੜਾ ਸਾਨੂੰ ਦਿੱਤਾ ਹੈਗਾ ਵੀ ਇੱਥੇ ਕੋਈ ਬੰਦਾ ਸ਼ਰਾਰਤ ਨਾ ਕਰੇ। ਇਸ ਸੰਬੰਧ ਦੇ ਵਿੱਚ ਅਸੀਂ ਆਲਰੇਡੀ ਜਿਹੜਾ ਹੈਗਾ ਹਾਂ ਆਪਣੀ ਫੋਰਸ ਜਿਹੜੀ ਡਿਪਲਾਈਮੈਂਟ ਕਰਦੇ ਹੁੰਦੇ ਹਰ ਸਾਲ ਦੀ ਤਰ੍ਹਾਂ, ਇਸ ਵਾਰੀ ਵੀ ਅਸੀਂ ਜਿਹੜੀ ਪ੍ਰੋਪਰ ਜਿਹੜੀ ਫੋਰਸ ਆਪਣੀ ਡਿਪਲਾਈ ਕੀਤੀ ਹੋਈ ਆਲਰੇਡੀ, ਔਰ ਜੇ ਕੋਈ ਇੱਦਾਂ ਦਾ ਕਰੂਗਾ ਅਸੀਂ ਉਹਦੇ ਖਿਲਾਫ਼ ਪਹਿਲਾਂ ਹੀ ਪ੍ਰਿਵੈਂਟਿਵ ਐਕਸ਼ਨ ਲਵਾਂਗੇ। ਬਿਲਕੁਲ ਕਿਸੇ ਵੀ ਕਿਸਮ ਦੀ ਅਸੀਂ ਕਿਸੇ ਵੀ ਸ਼ਰਾਰਤੀ ਨੂੰ ਇਜਾਜ਼ਤ ਨਹੀਂ ਦੇਵਾਂਗੇ ਕਿਸੇ ਕਿਸਮ ਦੀ ਉਹ ਸ਼ਰਾਰਤ ਕਰੇ। ਬਿਲਕੁਲ ਅਸੀਂ ਕਿਸੇ ਵੀ ਕੀਮਤ 'ਤੇ ਕਿਸੇ ਵੀ ਕਿਸਮ ਦਾ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਜਿਹੜੀ ਹਰਕਤ ਕਰਨ ਨਹੀਂ ਦੇਵਾਂਗੇ ਜਿਹਦੇ ਨਾਲ ਮਾਹੌਲ ਖਰਾਬ ਹੋ। ਦੇਖੋ ਨਾ ਲਾਸਟ ਈਅਰ ਹੋਇਆ ਸੀ, ਨਾ ਹੀ ਅਸੀਂ ਇੱਦਾਂ ਦੀ ਕਿਸੇ ਨੂੰ ਇਜਾਜ਼ਤ ਦਿੰਦੇ। ਬਿਲਕੁਲ ਕਿਸੇ ਨੂੰ ਲਾ ਐਂਡ ਆਰਡਰ ਖਰਾਬ ਭੰਗ ਕਰਨ ਦਾ ਕਿਸੇ ਨੂੰ ਵੀ ਜਿਹੜਾ ਅਸੀਂ ਇਜਾਜ਼ਤ ਨਹੀਂ ਦੇਵਾਂਗੇ। ਉਹਦੇ ਖਿਲਾਫ ਪਹਿਲਾਂ ਹੀ ਅਸੀਂ ਜਿਹੜਾ ਪ੍ਰਿਵੈਂਟਿਵ ਐਕਸ਼ਨ ਲਵਾਂਗੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਣ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਥਾ ਸਿਰਲਤ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਦਿਲਬਾਗ ਸਿੰਘ, ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ 6 ਜੂਨ ਨੂੰ ਜਿਹੜੀ ਇਹ ਹਰਕਤ ਸ਼ਰਾਰਤੀ ਬੰਦੇ ਜਿੱਦਾਂ ਸ਼ਿਵ ਸੈਨਾ ਵਾਲੇ ਜਾਂ ਹੋਰ ਕੋਈ ਹਿੰਦੂ ਸਭਾ ਦੇ ਬੰਦੇ ਆ ਜਿਹੜੇ ਉਹ ਵਾਰ ਵਾਰ ਹਰਕਤਾਂ ਕਰਦੇ ਆ, ਕਦੀ ਪੁਤਲੇ ਫੂਕਣ ਦੀਆਂ, ਕਦੀ ਕੋਈ ਸਾਡੇ ਕੌਮ ਦੇ ਰਿਲੇਟਡ ਗਲਤ ਸ਼ਬਦਾਵਲੀ ਬੋਲਦੇ ਨੇ, ਇਹਨਾਂ ਬੰਦਿਆਂ ਨੂੰ ਅਸੀਂ ਨੱਥ ਪਾਉਣ ਵਾਸਤੇ ਇਹ ਮੰਗ ਪੱਤਰ ਜਿਹੜਾ ਵਾ ਇਹ ਦੇ ਰਹੇ ਹਾਂ ਪ੍ਰਸ਼ਾਸਨ ਨੂੰ, ਅਤੇ ਨਾਲੇ ਇਹ ਅਪੀਲ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਕਿ ਜਿਹੜੀ ਸਿੱਖ ਕੌਮ ਦੇ ਵਿੱਚ ਜਾਂ ਮਾਹੌਲ ਜਿਹੜਾ ਸਾਡੇ ਪੰਜਾਬ ਦਾ ਵਾ ਇਹ 6 ਜੂਨ ਨੂੰ ਹੀ ਆ ਕੇ ਖਰਾਬ ਕੀਤਾ ਜਾਂਦਾ ਵਾ। ਇਹ ਅੱਗੋਂ ਪਿੱਛੋਂ ਇਹ ਬੰਦੇ ਅੱਤਵਾਦ ਦਾ ਪੁਤਲਾ ਫੂਕਣ ਲਈ ਕਿੱਥੇ ਪਹੁੰਚੇ ਹੁੰਦੇ ਆ, ਇਹ ਜਾਣ ਬੁੱਝ ਕੇ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਰੁਕਾਵਟਾਂ ਪਾਉਂਦੇ ਨੇ, ਅਤੇ ਇਸ ਕਰਕੇ ਇਹ ਜਿਹੜਾ ਵਾ ਇਹ ਮੰਗ ਪੱਤਰ ਦਿੱਤਾ ਗਿਆ ਅਤੇ ਇਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਆ ਕਿ ਜੇ ਤੁਸੀਂ ਇਹ ਹਰਕਤਾਂ ਜੇ ਪ੍ਰਸ਼ਾਸਨ ਨਹੀਂ ਡੱਕਦੀ ਫਿਰ ਆਪਣੇ ਤੌਰ 'ਤੇ ਜਿੱਦਾਂ ਅੱਗੇ ਡੱਕੀਦਾ ਵਾ। ਇਸ ਤਰ੍ਹਾਂ ਹੀ ਆਈ ਸਾਰੀਆਂ ਜਥੇਬੰਦੀਆਂ ਜਿੱਦਾਂ ਹਿੰਮਤ ਖਾਲਸਾ ਅਕਾਲ ਜਨਰਲ ਵਾਲੇ ਜਾਂ ਹੋਰ ਵੀਰ ਵੀ ਸਾਰੇ, ਉਹ ਅਸੀਂ ਫਿਰ ਆਪਣੇ ਤੌਰ 'ਤੇ ਜਿਹੜਾ ਵਾ ਇਹਨਾਂ ਨੂੰ ਡੱਕਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।